ਸੁਰਿੰਦਰ ਭਗਤ, ਨੌਵਾਂ ਰਾਊਂਡ ਕੰਪਲੀਟ ਹੋ ਚੁੱਕਿਆ। 25,987 ਕਰੀਬ ਕਰੀਬ 26,000 ਵੋਟਾਂ ਦੇ ਨਾਲ ਅੱਗੇ ਹੋ ਗਏ ਨੇ ਮੋਹਿੰਦਰ ਭਗਤ। ਆਮ ਆਦਮੀ ਪਾਰਟੀ ਦਾ ਜਿਹੜਾ ਮਾਰਜਨ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ, ਜਿਹੜੀ ਲੀਡ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਆ ਮੋਹਿੰਦਰ ਭਗਤ ਦੇ ਹੱਕ ਦੇ ਵਿੱਚ, ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ। ਜਲੰਧਰ ਵੈਸਟ ਦੇ ਲੋਕਾਂ ਦੇ ਵੱਲੋਂ ਬਿਲਕੁਲ ਕਲੀਅਰ ਮੈਂਡੇਟ ਦੇ ਦਿੱਤਾ ਗਿਆ, ਸਾਫ਼ ਫਤਵਾ ਜਿਹੜਾ ਇਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਦੇ ਦਿੱਤਾ ਗਿਆ, ਸੱਤਾਧਾਰੀ ਧਿਰ ਦੇ ਹੱਕ ਦੇ ਵਿੱਚ ਦੇ ਦਿੱਤਾ ਗਿਆ। ਜਲੰਧਰ ਵੈਸਟ ਦੇ ਲੋਕਾਂ ਦੇ ਵੱਲੋਂ ਜਿਹੜੀ ਲੀਡ ਹੈ ਇਸ ਗੱਲ ਦੀ ਗਵਾਹੀ ਭਰਦੀ ਆ, 26,000 ਦੀ ਲੀਡ 25,987। ਅਤੇ ਜੇਕਰ ਗੱਲ ਕੀਤੀ ਜਾਵੇ ਵੋਟਾਂ ਕਿੰਨੀਆਂ ਮਿਲੀਆਂ ਨੇ ਹੁਣ ਤੱਕ, ਨੌਵੇਂ ਰਾਊਂਡ ਤੱਕ, ਸਿਰਫ 4 ਰਾਊਂਡ ਬਾਕੀ ਰਹਿ ਗਏ ਨੇ। ਨੌਵੇਂ ਰਾਊਂਡ ਦੇ ਵਿੱਚ ਮੋਹਿੰਦਰ ਭਗਤ ਨੂੰ 38,568 ਵੋਟਾਂ ਮਿਲ ਚੁੱਕੀਆਂ ਨੇ, ਸੁਰਿੰਦਰ ਕੌਰ ਨੂੰ ਕਾਂਗਰਸ ਦੇ 12,581 ਵੋਟਾਂ ਮਿਲੀਆਂ ਨੇ, ਸ਼ੀਤਲ ਅੰਗਰਾਲ ਨੂੰ 12,566 ਵੋਟਾਂ ਮਿਲੀਆਂ ਨੇ। ਤਾਂ ਜਿਹੜੇ ਕਾਂਗਰਸ ਅਤੇ ਸ਼ੀਤਲ ਅੰਗਰਾਲ ਹੈ ਦੋਵਾਂ ਦੀਆਂ ਵੋਟਾਂ ਮਿਲਾ ਕੇ ਵੀ ਮੋਹਿੰਦਰ ਭਗਤ ਦੇ ਬਰਾਬਰ ਨਹੀਂ ਬਣ ਰਹੀਆਂ ਹੈਗੀਆਂ, ਦੋਹਾਂ ਦੀਆਂ ਵੋਟਾਂ ਕਰੀਬ ਕਰੀਬ 25,000 ਬਣਦੀਆਂ ਨੇ, ਜਦਕਿ ਮੋਹਿੰਦਰ ਭਗਤ ਨੂੰ 38,568 ਵੋਟਾਂ ਮਿਲ ਚੁੱਕੀਆਂ ਨੇ ਅਤੇ ਜਿਹੜਾ ਮਾਰਜਨ ਹੈ ਉਹ 25,987 ਵੋਟਾਂ ਦਾ ਹੋ ਚੁੱਕਿਆ। ਬਹੁਤ ਵੱਡਾ ਮਾਰਜਨ, ਆਮ ਆਦਮੀ ਪਾਰਟੀ ਜਿੱਤ ਵੱਲ ਵੱਧ ਰਹੀ ਹੈ। ਬਹੁਤ ਮਿਹਨਤ ਜਿਹੜੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ, ਲੀਡਰਾਂ ਦੇ ਵੱਲੋਂ ਕੀਤੀ ਗਈ ਹੈ ਅਤੇ ਜਲੰਧਰ ਵੈਸਟ ਦੇ ਲੋਕਾਂ ਦੇ ਵੱਲੋਂ ਹੁਣ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦੇ ਦਿੱਤਾ ਗਿਆ ਹੈ। ਲੀਡ ਜਿਹੜੀ ਹੈ ਉਹ ਬਹੁਤ ਵੱਡੀ ਹੈ। ਤਾਂ ਇਸ ਵੇਲੇ ਤੱਕ ਜੇਕਰ ਦੇਖਿਆ ਜਾਵੇ ਤਾਂ ਇੱਥੋਂ 2022 ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿੱਤੀ ਸੀ ਅਤੇ ਹੁਣ ਦੁਬਾਰਾ ਤੋਂ ਜਿਹੜੀ ਇਹ ਸੀਟ ਹੈ ਇਹ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਹੀ ਪੈਂਦੀ ਦਿਖਾਈ ਦੇ ਰਹੀ ਹੈ, ਕਿਉਂਕਿ ਲੀਡ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਉਹ ਬਹੁਤ ਜ਼ਿਆਦਾ ਹੋ ਗਈ ਹੈ। 25,987 ਦੀ ਲੀਡ ਹੋ ਗਈ ਹੈ, ਇਹ ਲੀਡ ਹੁਣ ਟੁੱਟਦੀ ਨਜ਼ਰ ਨਹੀਂ ਆ ਰਹੀ ਬਿਲਕੁਲ ਵੀ। ਇਸ ਦੇ ਨੇੜੇ ਤੇੜੇ ਵੀ ਦੂਜੇ ਕੈਂਡੀਡੇਟ ਜਿਹੜੇ ਨੇ ਉਹ ਨਹੀਂ ਰਹੇ, ਦੂਜੇ ਕੈਂਡੀਡੇਟ ਬਹੁਤ ਪਛੜ ਚੁੱਕੇ ਨੇ। ਮੋਹਿੰਦਰ ਭਗਤ ਦੇ ਘਰ ਦੀਆਂ ਤਸਵੀਰਾਂ ਵੀ ਤੁਹਾਨੂੰ ਨਾਲ ਨਾਲ ਦਿਖਾ ਰਹੇ ਹਾਂ, ਚੁੰਨੀ ਲਾਲ ਭਗਤ ਤੁਹਾਨੂੰ ਨਜ਼ਰ ਆ ਰਹੇ ਨੇ, ਪਰਿਵਾਰ ਜਸ਼ਨ ਮਨਾ ਰਿਹਾ ਹੈ। ਜਿਹੜਾ ਜਿੱਤ ਵੱਲ ਵੱਧ ਰਹੀ ਹੈ ਆਮ ਆਦਮੀ ਪਾਰਟੀ ਅਤੇ ਮੋਹਿੰਦਰ ਭਗਤ ਨੂੰ 38,568 ਵੋਟਾਂ ਮਿਲ ਚੁੱਕੀਆਂ ਨੇ, ਸੁਰਿੰਦਰ ਕੌਰ ਨੂੰ 12,581 ਵੋਟਾਂ ਮਿਲ ਚੁੱਕੀਆਂ ਨੇ, ਸ਼ੀਤਲ ਅੰਗਰਾਲ ਨੂੰ 12,566। ਜੇ ਦੋਹਾਂ ਦੀ ਵੋਟਾਂ ਮਿਲਾ ਵੀ ਲਈਆਂ ਜਾਣ ਤਾਂ ਵੀ ਆਮ ਆਦਮੀ ਪਾਰਟੀ ਦੋਹਾਂ ਦੀਆਂ ਵੋਟਾਂ ਤੋਂ ਮਿਲਾ ਕੇ ਵੀ ਅੱਗੇ ਹੈ, ਕਿਉਂਕਿ ਸੁਰਿੰਦਰ ਕੌਰ ਨੂੰ ਕਾਂਗਰਸ ਦੇ 12,581 ਅਤੇ ਸ਼ੀਤਲ ਅੰਗਰਾਲ ਨੂੰ 12,566, 25,000 ਵੋਟਾਂ ਦੋਵਾਂ ਨੂੰ ਮਿਲੀਆਂ ਨੇ। ਅਤੇ ਨੌਵਾਂ ਰਾਊਂਡ ਕੰਪਲੀਟ ਹੋ ਚੁੱਕਿਆ, 13 ਰਾਊਂਡ ਨੇ ਕੁੱਲ, 4 ਰਾਊਂਡ ਬਾਕੀ ਨੇ। ਲੀਡ ਜਿਹੜੀ ਆ ਉਹ 38,568 ਦੀ ਹੋ ਚੁੱਕੀ ਹੈ ਅਤੇ ਜਿਹੜਾ ਮਾਰਜਨ ਹੈ ਉਹ 25,987 ਦਾ ਹੋ ਚੁੱਕਿਆ। 26,000 ਦੇ ਨਾਲ ਅੱਗੇ ਚੱਲ ਰਹੇ ਨੇ ਮੋਹਿੰਦਰ ਭਗਤ, ਜਿੱਤ ਜਿਹੜੀ ਹੈ ਉਹ ਬਿਲਕੁਲ ਯਕੀਨੀ ਹੈ। ਤਾਂ ਵੱਡੀ ਖਬਰ, ਵੱਡੀ ਮਹਾਕਵਰੇਜ ਨਿਊਜ਼ 18 ਪੰਜਾਬ 'ਤੇ ਲਗਾਤਾਰ ਜਾਰੀ ਹੈ ਅਤੇ ਅਪਡੇਟ ਤੁਹਾਨੂੰ ਦੇ ਰਹੇ ਹਾਂ। 9 ਰਾਊਂਡ ਕੰਪਲੀਟ ਹੋ ਗਏ ਨੇ, 10ਵਾਂ ਰਾਊਂਡ ਆਉਣ 'ਤੇ ਦੁਬਾਰਾ ਦੱਸਾਂਗੇ, ਪਰ 9ਵਾਂ ਰਾਊਂਡ ਜਿਹੜਾ ਇਹ ਉਹ ਕੰਪਲੀਟ ਹੋ ਚੁੱਕਿਆ, ਜਿਸ ਦੇ ਵਿੱਚ ਸ਼ੀਤਲ ਅੰਗਰਾਲ ਤੀਜੇ ਨੰਬਰ 'ਤੇ, ਸੁਰਿੰਦਰ ਕੌਰ ਦੂਜੇ ਨੰਬਰ 'ਤੇ, ਮੋਹਿੰਦਰ ਭਗਤ ਪਹਿਲੇ ਨੰਬਰ 'ਤੇ।